ਵੀ ਸਾਡਾ ਮੂੰਹ ਸਰਕਾਰ ਨੂੰ ਕਹਿੰਦੇ ਆ ਦਿੱਲੀ ਵੱਲ ਨੂੰ ਹੋਏ। ਅਸੀਂ ਦਿੱਲੀ ਚ ਕੋਈ ਗੁੱਲੜਬਾਜ਼ੀ ਕਰਨੀ ਸੀ ਚੱਲੇ, ਆਪਣੀ ਗਰੰਟੀ ਕਾਨੂੰਨ ਐਮ ਐਸ ਪੀ ਦਾ ਮੁੱਲ ਨਹੀਂ ਸੀ ਫੜਨਾ ਮੰਗਿਆ ਅਸੀਂ ਤੇ ਇਹ ਕਿਹਾ ਸੀ ਸਾਨੂੰ ਘੱਟੋ ਘੱਟ ਸਾਨੂੰ ਮੁੱਲ ਐਲਾਨ ਦਿੱਤਾ ਜਾਵੇ ਸਾਡੀਆਂ ਜ਼ਮੀਨਾਂ ਦਾ। ਜੇ ਹਾਈ ਕੋਰਟ ਨੇ ਆਰਡਰ ਕਰੇ ਨੇ ਵੀ ਰਸਤਾ ਖੋਲਿਆ ਜਾਵੇ, ਹਰਿਆਣਾ ਸਰਕਾਰ ਨੂੰ ਆਰਡਰ ਨੇ, ਜੇ ਹਰਿਆਣਾ ਸਰਕਾਰ ਰਸਤਾ ਖੋਲਦੀ ਹੈ ਤਾਂ ਅਸੀਂ ਆਪਣੇ ਦੋਨੇ ਫੋਰਮਾਂ ਦੀ ਮੀਟਿੰਗ ਪਹਿਲਾਂ 16 ਤਰੀਕ ਨੂੰ ਕਹੀ ਸੀਗੀ, ਹੁਣ 14 ਤਰੀਕ ਨੂੰ ਕਰਨੀ ਆ ਸੀ, ਉਹਦੇ 'ਚ ਰਾਏ ਕਰਕੇ ਅਸੀਂ ਦਿੱਲੀ ਵਧਾਂਗੇ ਅੱਗੇ ਨੂੰ ਵੀ ਕਿਹੜੇ ਤਰੀਕੇ ਨਾਲ ਵਧਣਾ ਚਾਹੀਦਾ, ਕਿਉਂਕਿ ਇਹਦੇ 'ਚ ਇਹ ਹੈ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਦਿੱਲੀ ਨਾਲ ਰਿਲੇਟਡ ਨੇ, ਦਿੱਲੀ ਨੇ ਸਾਡੀਆਂ ਮੰਗਾਂ ਪੂਰੀਆਂ ਕਰਨੀਆਂ ਨੇ। ਪਰ ਜੋ ਅੱਜ ਤੱਕ ਸਾਨੂੰ ਇੱਥੇ ਬਦਨਾਮ ਕਰਿਆ ਜਾਂਦਾ ਸੀਗਾ ਵੀ ਕਿਸਾਨਾਂ ਨੇ ਰਸਤੇ ਬੰਦ ਕਰੇ ਹੋਏ ਹੈ, ਉਹਦੇ ਕਰਕੇ ਅੱਜ ਕਲੀਅਰ ਹੋ ਗਿਆ। ਕੱਲ੍ਹ ਜਦੋਂ ਹਾਈਕੋਰਟ ਦਾ ਆਰਡਰ ਆਇਆ ਵੀ ਕਿਸਾਨਾਂ ਨੇ ਰਸਤੇ ਬੰਦ ਨਹੀਂ ਕਰੇ ਹੈਗੇ, ਰਸਤੇ ਜੋ ਬੰਦ ਕਰੇ ਹੋਏ ਹਰਿਆਣੇ ਦੀ ਸਰਕਾਰ ਨੇ ਬੰਦ ਕਰੇ, ਜਿਹਨੇ ਸਾਡਾ ਪੰਜਾਬ ਦਾ ਅਰਬਾਂ ਕਰੋੜਾਂ ਰੁਪਏ ਦਾ ਨੁਕਸਾਨ ਕਰਤਾ, ਜਿਹਦੇ 'ਚ ਸਾਡੇ ਛੋਟੇ ਵਪਾਰੀ, ਛੋਟੇ ਦੁਕਾਨਦਾਰ, ਹੋਟਲਾਂ ਵਾਲੇ ਹੋਰ। ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਇਹ ਬਣਦਾ ਹੁਣ ਵੀ ਜਿਹੜਾ ਹਰਿਆਣਾ ਸਰਕਾਰ ਨੇ ਐਡਾ ਵੱਡਾ ਨੁਕਸਾਨ ਕਰਿਆ ਸਾਡਾ, ਉਹਨਾਂ ਤੋਂ ਪੇਮੈਂਟ ਲੈ ਕੇ ਜਿਹੜੇ ਸਾਡੇ ਬੰਦਿਆਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦਿਆ ਜਾਵੇ, ਕਿਉਂਕਿ ਜਿਹੜਾ ਅਤਿ ਜ਼ਰੂਰੀ ਹੈ, ਜਿਹੜਾ ਇਹ ਨੁਕਸਾਨ ਹੋਇਆ ਤਾਂ ਹੈ ਇਹਦਾ ਕੋਈ ਪੂਰਾ ਪਾਈ ਹੋ ਸਕਦਾ। ਪ੍ਰਧਾਨ ਜੀ ਮੀਟਿੰਗ ਕਿੱਥੇ ਕਰੋਗੇ 14 ਤਰੀਕ ਨੂੰ? ਅਸੀਂ ਇੱਥੇ ਬਾਰਡਰ 'ਤੇ ਹੀ ਸਾਡੀ ਹੋਊਗੀ, ਦੋਨੇ ਫੋਰਮਾਂ ਦੀ ਮੀਟਿੰਗ ਹੈ, ਉਹਦੇ 'ਚ ਅੱਗੇ ਵੀ ਸਾਡੀਆਂ ਮੀਟਿੰਗਾਂ ਹੁੰਦੀਆਂ ਨਾ, ਸਾਡੀ ਆਪਣੀ ਰਣਨੀਤੀ ਚੱਲਦੀ ਰਹਿੰਦੀ ਹੈ ਜਿਹੜੇ ਫੋਰਮਾਂ ਦੇ ਵੀ ਕਿੱਦਾਂ ਕੀ ਕਰਨਾ। ਕਿੰਨੇ ਕੁ ਵਜੇ ਟਾਈਮ ਰੱਖਿਆ ਹੈਗਾ ਕੋਈ? ਟਾਈਮ ਹਾਲੇ 12 1 ਵਜੇ ਦਾ ਤਕਰੀਬਨ ਉਮੀਦ ਹੈ ਵੀ ਹੋਊਗਾ, ਬਾਕੀ ਕਨਫਰਮ ਨਹੀਂ ਮੈਂ ਕਹਿ ਸਕਦਾ, ਟਾਈਮ ਉਦਣੇ ਹੋਊਗਾ ਕਿ ਸਵੇਰੇ ਪਹਿਲਾਂ KMM ਦੀ ਮੀਟਿੰਗ ਹੈ, ਉਹ ਤੋਂ ਬਾਅਦ SKM ਦੀ ਅਲੱਗ ਮੀਟਿੰਗ ਹੁੰਦੀ, ਫਿਰ ਦੋਨੇ ਫੋਰਮਾਂ ਦੀ ਇਕੱਠੀ ਮੀਟਿੰਗ ਹੋਣੀ ਹੈ, ਉਹਦੇ ਹਿਸਾਬ ਨਾਲ ਜਿੱਦਾਂ ਜੋ ਹੋਊਗਾ ਤੁਹਾਨੂੰ ਦੱਸ ਦਿਆ ਜਾਊਗਾ। ਅੱਜ ਵੀ ਸਾਡਾ ਮੂੰਹ ਸਰਕਾਰ ਨੂੰ ਕਹਿੰਦੇ ਦਿੱਲੀ ਵੱਲ ਨੂੰ ਹੋਏ, ਅਸੀਂ ਦਿੱਲੀ 'ਚ ਕੋਈ ਗੁੱਲੜਬਾਜ਼ੀ ਕਰਨੀ ਸੀ ਚੱਲੇ, ਆਪਣੀ ਗਰੰਟੀ ਕਾਨੂੰਨ ਐਮ ਐਸ ਪੀ ਦਾ ਮੁੱਲ ਨਹੀਂ ਸੀ ਫੜਨਾ ਮੰਗਿਆ ਅਸੀਂ ਤੇ ਇਹ ਕਿਹਾ ਸੀ ਸਾਨੂੰ ਘੱਟੋ ਘੱਟ ਸਾਨੂੰ ਮੁੱਲ ਐਲਾਨ ਦਿੱਤਾ ਜਾਵੇ ਸਾਡੀਆਂ ਜ਼ਮੀਨਾਂ ਦਾ। ਜੇ ਹਾਈ ਕੋਰਟ ਨੇ ਆਰਡਰ ਕਰੇ ਨੇ ਵੀ ਰਸਤਾ ਖੋਲਿਆ ਜਾਵੇ, ਹਰਿਆਣਾ ਸਰਕਾਰ ਨੂੰ ਆਰਡਰ ਨੇ, ਜੇ ਹਰਿਆਣਾ ਸਰਕਾਰ ਰਸਤਾ ਖੋਲਦੀ ਹੈ ਤਾਂ ਅਸੀਂ ਆਪਣੇ ਦੋਨੇ ਫੋਰਮਾਂ ਦੀ ਮੀਟਿੰਗ ਪਹਿਲਾਂ 16 ਤਰੀਕ ਨੂੰ ਕਹੀ ਸੀਗੀ, ਹੁਣ 14 ਤਰੀਕ ਨੂੰ ਕਰਨੀ ਆ ਸੀ, ਉਹਦੇ 'ਚ ਰਾਏ ਕਰਕੇ ਅਸੀਂ ਦਿੱਲੀ ਵਧਾਂਗੇ ਅੱਗੇ ਨੂੰ ਵੀ ਕਿਹੜੇ ਤਰੀਕੇ ਨਾਲ ਵਧਣਾ ਚਾਹੀਦਾ, ਕਿਉਂਕਿ ਇਹਦੇ 'ਚ ਇਹ ਹੈ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਦਿੱਲੀ ਨਾਲ ਰਿਲੇਟਡ ਨੇ, ਦਿੱਲੀ ਨੇ ਸਾਡੀਆਂ ਮੰਗਾਂ ਪੂਰੀਆਂ ਕਰਨੀਆਂ ਨੇ। ਪਰ ਜੋ ਅੱਜ ਤੱਕ ਸਾਨੂੰ ਇੱਥੇ ਬਦਨਾਮ ਕਰਿਆ ਜਾਂਦਾ ਸੀਗਾ ਵੀ ਕਿਸਾਨਾਂ ਨੇ ਰਸਤੇ ਬੰਦ ਕਰੇ ਹੋਏ ਹੈ, ਉਹਦੇ ਕਰਕੇ ਅੱਜ ਕਲੀਅਰ ਹੋ ਗਿਆ। ਕੱਲ੍ਹ ਜਦੋਂ ਹਾਈਕੋਰਟ ਦਾ ਆਰਡਰ ਆਇਆ ਵੀ ਕਿਸਾਨਾਂ ਨੇ ਰਸਤੇ ਬੰਦ ਨਹੀਂ ਕਰੇ ਹੈਗੇ, ਰਸਤੇ ਜੋ ਬੰਦ ਕਰੇ ਹੋਏ ਹਰਿਆਣੇ ਦੀ ਸਰਕਾਰ ਨੇ ਬੰਦ ਕਰੇ, ਜਿਹਨੇ ਸਾਡਾ ਪੰਜਾਬ ਦਾ ਅਰਬਾਂ ਕਰੋੜਾਂ ਰੁਪਏ ਦਾ ਨੁਕਸਾਨ ਕਰਤਾ, ਜਿਹਦੇ 'ਚ ਸਾਡੇ ਛੋਟੇ ਵਪਾਰੀ, ਛੋਟੇ ਦੁਕਾਨਦਾਰ, ਹੋਟਲਾਂ ਵਾਲੇ ਹੋਰ। ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਇਹ ਬਣਦਾ ਹੁਣ ਵੀ ਜਿਹੜਾ ਹਰਿਆਣਾ ਸਰਕਾਰ ਨੇ ਐਡਾ ਵੱਡਾ ਨੁਕਸਾਨ ਕਰਿਆ ਸਾਡਾ, ਉਹਨਾਂ ਤੋਂ ਪੇਮੈਂਟ ਲੈ ਕੇ ਜਿਹੜੇ ਸਾਡੇ ਬੰਦਿਆਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦਿਆ ਜਾਵੇ, ਕਿਉਂਕਿ ਜਿਹੜਾ ਅਤਿ ਜ਼ਰੂਰੀ ਹੈ, ਜਿਹੜਾ ਇਹ ਨੁਕਸਾਨ ਹੋਇਆ ਤਾਂ ਹੈ ਇਹਦਾ ਕੋਈ ਪੂਰਾ ਪਾਈ ਹੋ ਸਕਦਾ। ਪ੍ਰਧਾਨ ਜੀ ਮੀਟਿੰਗ ਕਿੱਥੇ ਕਰੋਗੇ 14 ਤਰੀਕ ਨੂੰ? ਅਸੀਂ ਇੱਥੇ ਬਾਰਡਰ 'ਤੇ ਹੀ ਸਾਡੀ ਹੋਊਗੀ, ਦੋਨੇ ਫੋਰਮਾਂ ਦੀ ਮੀਟਿੰਗ ਹੈ, ਉਹਦੇ 'ਚ ਅੱਗੇ ਵੀ ਸਾਡੀਆਂ ਮੀਟਿੰਗਾਂ ਹੁੰਦੀਆਂ ਨਾ, ਸਾਡੀ ਆਪਣੀ ਰਣਨੀਤੀ ਚੱਲਦੀ ਰਹਿੰਦੀ ਹੈ ਜਿਹੜੇ ਫੋਰਮਾਂ ਦੇ ਵੀ ਕਿੱਦਾਂ ਕੀ ਕਰਨਾ। ਕਿੰਨੇ ਕੁ ਵਜੇ ਟਾਈਮ ਰੱਖਿਆ ਹੈਗਾ ਕੋਈ? ਟਾਈਮ ਹਾਲੇ 12 1 ਵਜੇ ਦਾ ਤਕਰੀਬਨ ਉਮੀਦ ਹੈ ਵੀ ਹੋਊਗਾ, ਬਾਕੀ ਕਨਫਰਮ ਨਹੀਂ ਮੈਂ ਕਹਿ ਸਕਦਾ, ਟਾਈਮ ਉਦਣੇ ਹੋਊਗਾ ਕਿ ਸਵੇਰੇ ਪਹਿਲਾਂ KMM ਦੀ ਮੀਟਿੰਗ ਹੈ, ਉਹ ਤੋਂ ਬਾਅਦ SKM ਦੀ ਅਲੱਗ ਮੀਟਿੰਗ ਹੁੰਦੀ, ਫਿਰ ਦੋਨੇ ਫੋਰਮਾਂ ਦੀ ਇਕੱਠੀ ਮੀਟਿੰਗ ਹੋਣੀ ਹੈ, ਉਹਦੇ ਹਿਸਾਬ ਨਾਲ ਜਿੱਦਾਂ ਜੋ ਹੋਊਗਾ ਤੁਹਾਨੂੰ ਦੱਸ ਦਿਆ ਜਾਊਗਾ।